ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ ਤੇ ਅੱਜ ਆਪਣੇ ਪਰਿਵਾਰ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਲੀ ਪਹੁੰਚੇ। ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਦੁਆਰਾ 11 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਨਿਭਾਈ ਗਈ ਹੈ ਤੇ ਜੋ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਦੁਆਰਾ ਮੇਰੇ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉਹ ਮੈਂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣ ਲਈ ਪਹੁੰਚਿਆ ਹੈ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦੁਆਰਾ ਇੱਕ ਪਿੰਡ ਇੱਕ ਗੁਰਦੁਆਰਾ ਦੀ ਸ਼ੁਰੂਆਤ ਸ਼ੁਰੂ ਹੁੰਦੇ ਹੋਏ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹ ਇੱਕ ਠੀਕ ਫੈਸਲਾ ਹੈ ਕਿਉਂਕਿ ਅਸੀਂ ਲੋਕਾਂ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਇਕੱਠੇ ਮਿਲਣ ਦੀ ਜ਼ਰੂਰਤ ਹੈ। ਦੇਖੋ, ਮੈਂ ਤਾਂ ਅੱਜ ਆਪਣੇ ਪਰਿਵਾਰ ਨਾਲ ਇੱਕ ਪਰਿਵਾਰ ਨਾਲ, ਕਿਉਂਕਿ ਮੇਰੇ ਤਿੰਨ ਪਰਿਵਾਰ ਨੇ, ਇੱਕ ਪਰਿਵਾਰ ਨਾਲ, ਬੱਚਿਆਂ ਨਾਲ ਮੈਂ ਇੱਥੇ ਇਸ ਪਵਿੱਤਰ ਅਸਥਾਨ ਦੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰੇ ਕਰਨਾ ਹੈ। ਔਰ ਮੇਰਾ ਕੋਈ ਹੋਰ ਮੋਟਿਵ ਨਹੀਂ। ਦੇਖੋ, ਜਿਹੜੇ ਕਾਇਮ ਮੁਕਾਮ ਅਹੁਦੇਦਾਰ ਨੇ ਜਾਂ ਪ੍ਰਧਾਨ ਸਾਹਿਬ ਨੇ ਜਾਂ ਬਾਕੀ ਸਿਆਣੇ ਬੈਠੇ ਆ ਵਿਦਵਾਨ, ਇਹ ਤਾਂ ਉਹੀ ਫੈਸਲਾ ਕਰਨਗੇ ਵੀ ਕੀ ਕਹਿਣਾ। ਜੋ ਮੇਰੇ ਕੋਲੋਂ 11 ਸਾਲਾਂ ਦੇ ਵਿੱਚ ਆਪਣੀ ਤੁਛ ਬੁੱਧੀ ਅਨੁਸਾਰ ਜੋ ਇਸ ਪਵਿੱਤਰ ਸਥਾਨ ਦੀ ਹੀ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੇ ਰੂਪ ਵਿੱਚ ਸਾਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਕੀਤੀ ਹੈ, ਮੈਂ ਸਮਝਦਾ ਕਿ ਇਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਸਦਕਾ ਅਤੇ ਉਹਨਾਂ ਦੇ ਥਾਪੜੇ ਸਦਕਾ ਹੀ ਪ੍ਰਵਾਹ ਹੋਈ ਹੈ। ਪਰ ਮੈਂ ਇਹ ਨਹੀਂ ਸਮਝਦਾ ਕਿ ਮੈਂ ਸੰਪੂਰਨ ਰੂਪ ਵਿੱਚ ਕੋਈ ਕਰਤਾ ਆਪਣੇ ਆਪ 'ਚ ਕੀਤਾ। ਸਤਿਗੁਰੂ ਦਾ ਫਰਮਾਨ ਹੈ, ਜਾ ਕੇ ਮਸਤਕ ਭਾਗ ਤੋਂ ਸੇਵਾ ਲਾਇਆ ਅਤੇ ਸੇਵਾ ਕਰਤ ਹੋਤ ਨੇ ਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ। ਇਸ ਮਾਰਗ ਦਰਸ਼ਨ ਨੂੰ ਲੈ ਕੇ ਮੈਂ 11 ਸਾਲ ਇਸ ਅਸਥਾਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਵਜੋਂ ਸੇਵਾ ਨਿਭਾਉਣ ਦਾ ਯਤਨ ਕਰਦਾ ਰਿਹਾ। ਆਪਾਂ ਖੁਸ਼ ਹਾਂ ਸਾਡੇ ਭਾਈ ਗੋਬਿੰਦ ਸਿੰਘ ਜੀ ਸੇਵਾ ਕਰ ਰਹੇ ਨੇ, ਬੜੀ ਭੱਜ ਨੱਠ ਕਰ ਰਹੇ ਨੇ। ਮੈਂ ਉਹਨਾਂ ਨੂੰ ਸਹਿਯੋਗ ਦਿੰਦਾ, ਪੂਰੀ ਤਰ੍ਹਾਂ ਸਹਿਯੋਗ ਦਿੰਦਾ। ਇੱਕ ਇਨਸਾਨ ਦੀ ਵੀ ਕਿਸੇ ਦੀ ਕੋਈ ਮ੍ਰਿਤਯੂ ਹੋ ਜਾਵੇ, ਆਪਾਂ ਉਹਦੇ ਘਰ ਅਫਸੋਸ ਕਰਨ ਜਾਂਦੇ ਹਾਂ ਅਤੇ ਆਪਾਂ ਅਫਸੋਸ ਨਾ ਉਸ ਅਫਸੋਸ ਦੀ ਮੁਦਰਾ ਦੇ ਵਿੱਚ ਬੈਠ ਕੇ ਉਹਦੇ ਘਰ ਅਫਸੋਸ ਕਰਕੇ ਆਉਂਦੇ ਹਾਂ, ਨਾ ਕਿ ਆਪਾਂ ਉੱਥੇ ਹੱਲਾ ਗੁੱਲਾ ਜਾਂ ਉੱਚੀ ਬੋਲ ਕੇ ਆਉਂਦੇ ਹਾਂ। ਹਰਿਮੰਦਰ ਸਾਹਿਬ ਦੇ ਵਿੱਚ ਵੈਸੇ ਵੀ ਲੱਖਾਂ ਸੰਗਤਾਂ ਰੋਜ਼ ਆ ਰਹੀਆਂ ਅਤੇ ਉਸ ਦਿਨ ਤਾਂ ਵਿਸ਼ੇਸ਼ ਤੌਰ 'ਤੇ ਸੰਗਤ ਬਹੁਤ ਹੁੰਦੀ ਹੈ ਅਤੇ ਸਾਨੂੰ ਇਹ ਚੰਗਾ ਪ੍ਰਭਾਵ ਨਹੀਂ ਜਾਂਦਾ ਕਿ ਅਸੀਂ ਟਕਰਾ ਕਰੀਏ, ਲੜਾਈ ਝਗੜਾ ਕਰੀਏ, ਹੱਲਾ ਗੁੱਲਾ ਕਰੀਏ। ਸਾਨੂੰ ਅਮਨ ਸ਼ਾਂਤੀ ਨਾਲ ਇਹ ਦਿਨ ਮਨਾਉਣਾ ਚਾਹੀਦਾ, ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਔਰ ਮੈਂ ਕਹਿ ਸਕਦਾ ਕਿ ਮੇਰੇ ਟਨਿਓਰ ਦੇ ਵਿੱਚ ਕੋਈ ਬਹੁਤੀ ਵੱਡੀ ਘਟਨਾ ਨਹੀਂ ਘਟੀ। ਆਰਾਮ ਨਾਲ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਨੂੰ ਕਰਨੇ ਪੈਂਦੇ ਨੇ, ਚੰਗੀ ਤਰ੍ਹਾਂ ਪ੍ਰਬੰਧ ਕਰ, ਆਪ ਨੇ ਉਤਾਰਾਂ ਦੇਣ ਵੀ ਤੁਸੀਂ ਆਓ ਅਤੇ ਲਾ ਲਓ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, KTV।